ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪਰਮੇਸ਼ ਵਰਮਾ ਮੈਂ ਤੁਹਾਡਾ ਆਪਣਾ ਸਿੱਧੂ ਮੂਸੇਵਾਲਾ ਥਿਸ ਇਜ਼ ਸੋਨਮ ਬਾਜਵਾ ਥਿਸ ਇਜ਼ ਗੁਰਿੰਦਾਵਾਦ ਸਬਸਕ੍ਰਾਈਬ ਕਰੋ ਜੀ ਪਿਟਾਰਾ 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 ਦਾ ਅਫੀਸ਼ੀਅਲ YouTube ਚੈਨਲ ਰਾਈਟ ਨਾਓ ਸਾਰੇ ਸ਼੍ਰੋਤਿਆਂ ਨੂੰ ਫਾਦਰਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਰੇਡੀਓ ਸੁਣ ਰਹੇ ਸਾਥੀਆਂ ਨੂੰ ਦੱਸ ਦਈਏ ਕਿ ਅੱਜ ਦਾ ਇਹ ਦਿਨ ਉਹ ਸਾਰਿਆਂ ਨੂੰ ਪਿਓ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਫਾਦਰਸ ਡੇ ਕਹਿੰਦੇ ਹੀ ਉਹਨੂੰ ਤੂੰ ਆਪਣੀ ਥਾਂ ਸਹੀ ਮੈਂ ਆਪਣੀ ਥਾਂ ਠੀਕ ਹੈ ਆਪਾਂ ਫਿਰ ਲੋਕਾਂ ਨੂੰ ਦਿਖਾਉਂਦੇ ਹਾਂ ਪੰਜਾਬ ਦੀ ਕੁਝ ਸਿਚੁਏਸ਼ਨ ਅਤੇ ਉਹ 'ਚ ਫਿਰ ਦੇਖਦੇ ਹਾਂ ਕਿ ਪੁਰਾਣੇ ਜ਼ਮਾਨੇ ਦਾ ਬਾਪੂ ਕਿਵੇਂ ਸੀ ਅਤੇ ਅੱਜ ਦੇ ਜ਼ਮਾਨੇ ਦਾ ਕਿਵੇਂ ਆ ਆਹੋ ਠੀਕ ਹੈ ਨਾਲੇ ਉਹ ਆਪੇ ਵੇਖ ਲੈਣਗੇ ਕਿ ਕਿਹੜੇ ਜ਼ਮਾਨੇ ਦਾ ਬਾਪੂ ਜ਼ਿਆਦਾ ਘੈਂਟ ਸੀ ਇਸ ਵਾਰੀ ਨਾ ਮੈਂ ਦੱਸ ਰਹੀ ਹਾਂ ਕੁੜੀ ਦੇ ਵਿਆਹ ਤੇ ਮੈਂ ਫੁੱਲਾਂ ਵਾਲਾ ਸੂਟ ਹੀ ਸਵਾਣਾ ਓਏ ਫੁੱਲਾਂ ਵਾਲਾ ਸੂਟ ਪਾ ਕੇ ਪੂਰਾ ਫੁੱਲ ਲੱਗਣਗੇ ਨੇ ਮੇਰੇ ਮੱਖ ਮੇਰੇ ਜਾਣੇ ਓ ਜੀਤੀ ਉਹਦੇ ਤੇਰਾ ਹਾਂਜੀ ਬਾਪੂ ਰਿਸ਼ਤਾ ਕਰਤਾ ਹੀ ਤੇਰਾ ਪੱਕਾ ਅੱਜ ਕਿੱਡੇ ਖੁਸ਼ ਹੋਈ ਹੈ ਉਹ ਤਾਂ ਮੁੰਡੇ ਦੀ ਫੋਟੋ ਤੋਂ ਲਿਆ ਹੋਣੀ ਸੀ ਉਹ ਫੋਟੋ ਦੀ ਗੱਲ ਕੀ ਹੈ ਯਾਰ ਮੈਂ ਮੁੰਡਾ ਦੇਖਦੇ ਆਇਆ ਨੱਕ ਐਨ ਸਿੱਧਾ ਹਾਂ ਤੇ ਬੁੱਲ ਦੋਵੇਂ ਇੱਕ ਬਰਾਬਰ ਤੇ ਅੱਖਾਂ ਐਨ ਜੀਤੀ ਬਿੱਲੀਆਂ ਬਿੱਲੀਆਂ ਉਹਦੀਆਂ ਹਾਂਜੀ ਮੁੰਡੇ ਨੇ ਠੀਕ ਹੈ ਆਹ ਤਿੰਨ ਜ਼ਿਆਦਾ ਅਮੀਰ ਨੇ ਇਹ NRI ਹੈ ਇਹਦਾ ਅਰਬਾਂ ਦਾ ਬਿਜ਼ਨਸ ਹੈ ਇਹ ਪੋਲੀਟੀਸ਼ੀਅਨ ਹੈ ਪਾਪਾ ਪੈਸਿਆਂ ਦਾ ਕੀ ਕਰਨਾ ਹੈ ਜਦੋਂ ਮੁੰਡੇ ਵਿੰਗੇ ਟੇਢੇ ਆ ਇੱਕ ਮਿੰਟ ਆ ਵੇਖ ਸੋਹਣਾ ਸੋਹਣਾ ਤੇ ਹੈ ਨਾ ਹਾਂ ਤੇ ਕੰਮ ਕੀ ਕਰਦਾ ਪੁੱਤ ਪਾਪਾ ਟਿਕਟੋਕਰ ਆ ਹਾਂ ਜਦੋਂ ਆਪਾਂ ਦੋਨਾਂ ਨੇ ਸਕਰਟਾਂ ਪਾ ਕੇ ਟਿਕਟੋਕ ਪਾਣੀ ਹੈ ਨਾ ਉਦੋਂ ਵੇਖਿਓ ਸਾਡੀ ਜੋੜੀ ਕਿੱਦਾਂ ਦੀ ਲੱਗਣੀ ਹੈ ਤੇਰਾ ਦਿਮਾਗ ਠੀਕ ਹੈ ਉਹ ਤੈਨੂੰ ਇਹਨੂੰ ਖਾਣਾ ਕੀ ਹੈ ਸਾਰੀ ਉਮਰ ਹੈ ਉਹ ਜਿੱਦਾਂ ਦਾ ਆਪ ਇਹਨੇ ਤਾਂ ਆਪ ਲੋਕਾਂ ਕੋਲੋਂ ਖਾਈ ਜਾਣੀ ਹੈ ਬਹੁਤੀ ਤੇਜ਼ ਨਾ ਬਣ ਠੀਕ ਹੈ ਇਹਨਾਂ 'ਚ ਚੂਜ਼ ਕਰ ਫਟਾਫਟ ਨੋ ਵੇ ਆ ਦੇਖ ਕਿੱਦਾਂ ਕਰਦੇ ਅੱਜ ਦੇ ਜਵਾਕ ਸਾਡੇ ਵੇਲੇ ਇੱਦਾਂ ਕਰ ਸਕਦੇ ਸੀ ਸਾਡੇ ਵੇਲੇ ਇੱਦਾਂ ਕਰ ਸਕਦੇ ਤਾਂ ਤੁਹਾਨੂੰ ਹਾਂ ਕਿੰਨੇ ਕਰਨੀ ਸੀ ਬਾਪੂ ਕੀ ਹੋ ਗਿਆ ਮੈਂ ਕਹਿੰਦਾ ਸੀ ਕਿ ਮੇਰੇ ਪਿੰਡ ਦੀ ਪੜ੍ਹਾਈ ਤਾਂ ਪੂਰੀ ਹੋ ਗਈ ਤੇ ਕੀ ਗਲੀ 'ਚ ਜਾ ਕੇ ਨੱਚਾਂ ਨਹੀਂ ਨੱਚਣਾ ਤਾਂ ਕਿਉਂ ਹੈ ਮੈਂ ਕਹਿੰਦਾ ਸੀ ਵੀਰ ਅੱਗੇ ਦੀ ਪੜ੍ਹਾਈ ਲਈ ਮੈਂ ਸ਼ਹਿਰ ਚਲਾ ਜਾਵਾਂ ਤੇਰੀ ਮੈਂ ਡਾਂਗ ਕਿੱਥੇ ਮੇਰੀ ਰਵਾਤੀ ਨਾ ਮਾਂ ਆਪਣੀ ਛਿੱਤਰ ਮਾਰਾ ਤੇਰੇ ਮੈਂ ਬੇਬੇ ਅੱਧੇ ਘੰਟੇ ਦਾ ਰਾਹ ਹਰੇਕ ਸ਼ਨੀਵਾਰ ਆ ਜਾਣਾ ਮੈਂ ਓਏ ਚੁੱਪ ਕਰ ਸਮਝਾਉਂਦਾ ਤੇਰੇ ਮੈਂ ਚਪੇੜਾ ਮਾਰਨੀ ਹੈ ਮੇਰੀ ਗੱਲ ਸੁਣ ਇੰਨਾ ਪੜ੍ਹ ਕੇ ਬੌਂਦਲ ਜਾਏਗਾ ਯਾਰ ਤੂੰ ਸਿੱਧੀ ਗੱਲ ਤੈਨੂੰ ਮੈਂ ਇੱਥੇ ਜਾਂ ਤਾਂ ਖੇਤੀ ਲਵਾ ਦਿੰਦਾ ਠੀਕ ਹੈ ਜਾਂ ਮੈਂ ਤੈਨੂੰ ਕਰਿਆਨੇ ਦੀ ਦੁਕਾਨ ਪਾ ਦਿੰਦਾ ਉਹ ਨਹੀਂ ਬਾਪੂ ਤੂੰ ਮੈਂ ਨਹੀਂ ਬਹਿਣਾ ਕਰਿਆਨੇ ਦੁਕਾਨ 'ਤੇ ਮੈਂ ਤਾਂ ਅੱਗੇ ਪੜ੍ਹਨਾ ਯਾਰ ਮੈਂ ਫਿਰ ਜੇ ਰੋਕਿਆ ਤਾਂ ਫਿਰ ਦਾਦੇ ਦੇ ਸੌਂਆ ਤੈਨੂੰ ਬਾਪੂ ਦੀ ਸੌਖ ਮਾਤੀ ਯਾਰ ਮੈਂ ਫਿਰ ਕਰਾਂ ਤਿਆਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਬੇ ਮੇਰਾ ਗੋਲੂ ਮੋਲੂ ਆ ਮੇਰੇ ਜੋੜੇ ਪੁੱਤ ਦੇ ਆ ਕੇ ਬਾਰ ਵਿੱਚ 90% ਹੈ
जवाक तो छुटकारा पाओ आइल्स इंस्टीट्यूट दा फॉर्म आइल्स करो बाहर पहुंचो मौजा मानो ना ना पापा मैं नहीं जाना जूना बाहर नाल मम्मी जी मैं बाहर चला गया तो दोनों का ख्याल कौन रखो ले ए मर गई है ए मर गए ने आप रख लोगे अपना ख्याल नाले तू जा नाले 90% लेके भी इथे पढ़ाई करनी फिर कनाडा दी तरक्की क्यों हो आहो फिर ट्रूडो तो तेरे नाम का कार्ड लेके बैठो एयरपोर्ट ते तू बाहर जा पीआर ले सानू सदला ही ते ना उथे पक्के हो जाएंगे पर इथे ठीक है बोल ही ना कुछ बाहर जाके मैं बोल ही ना कुछ बापू बाहर तेनू तेरे दादा दी सो बापू जी मैं पढ़न चलना किथे छिंदे कोले जे इस बारी तेरे नंबर काट आए ना पुत पहला चपेड़े छिंदे दे फिर तेरे ओ नंबर दी टेंशन लेनी है इस बारी बड़े आने नाले मेरी गल सुन छिंदे तो माड़ा दूर रहा कर ओदे चाल चाल जे ठीक नहीं है हां ठीक है चंगा जी चप आ जा ठीक फिल्म चलनी होनी जिंदे मेरी हां जी ठीक है डैडी मैं चलदा चल ध्यान नाल सियाना पोता मेरा कुछ नहीं मंगेगा पापा हां पुत की होया हाय बहुत टेंशन है पुत मैं तो समझ ही नहीं आ रहा बड़ा बड़ा नुकसान हो गया मेरा सारा लॉस हो गया बिजनेस च पैसे डुब गए मैं तो ये नहीं समझ आ रही तुहानू रोटी किवें खवावां नाले तुहानू चीजां ते नहीं लेके दे सकदा हुण मैं ड्रामेट रूम में छड्डो दो तीन चीजां चाहीदियां हुणे लैके दो मैनू पुत चीज बोल के चीज मंगदे कित्थे हो तुसीं पापा प्लीज लै दो ना मैनू ओए मेरा पुत रो पिया अच्छा चल दस की चाहीदा एक आईफोन ते मैकबुक पापा बुलेट पापा ओए बस बस थोड़े दिन रुक जा ठीक है थोड़े दिन बाद ले लेंगे बापू जी एक तो रेडियो वाली उच्ची सुन दियो तुसीं मैं कहता सी पिंड वाले ने ना कबड्डी का टूरनामेंट रखे तो जोड़ा चुनिया गया ना पंजाब लैवल से खेलेगा पर 10 रुपये फीस रखी है वो दे दें फिर मैं फार्म भर दिता 10 रुपये हाँ 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 पुत कोई पुत पता नहीं मैं कितने रख बैठा तेन कल ही चाहिए है ना हाँ कोई नहीं तेन शाम तक पढ़ा देना जा तू पढ़ ठीक है बापू मैं बड़ी मेहनत करूंगा वैसे पंजाब लेवल पे खेल के आऊंगा हां शेर मेरे पता नहीं
जी हाँ जी बापू इधर पुत आया हाँ जी बापू अखा बंद कर हाथ हट बापू मैं सवेरे ही फार्म भर देना वेखी मैं बड़ी मेहनत करांगा पंजाब लैवल खेड के आवांगा तुसी 5 मिनट बैठो ते मिठी चाह बना के लिया मैं हुण इधर रेड वेर तो बापू रेडवा किथे ओना पुत खराब जा हो गया ही ओ साला सिग्नल ही नहीं सी फड़न दिया मैं बेचदा मैं जो मेरा पुत नैशनल जित के आऊगा तो लैके दूगा मैनू नवा रेडुआ लैके देगा ना पापा सब दिया खुशियां नू पैर दे के जो खुद नू हमेशा बाद च चुनदा है ओ प्यो ही हुंदा है जेड़ा पिठ पिछे तुहाडी तारीफ करदा है ते तुहाडे मूंह ते तुहानू कोसदा रहिंदा है ओ प्यो ही हुंदा है जेड़ा अपने खंभ दे के थोनू उड़ाउणा चाहुंदा है ते घर दी पई विपता नू भी कल्ला ही सिरे लाउंदा है ओ प्यो ही हुंदा है जेड़ा तुहाडी छोटी छोटी कामयाबी ते भी खुश हुंदा है ते तुहानू बोलना सिखा सारी उम्र ही तुहाडी सुणदा है ओ बस प्यो ही हुंदा है बाकी प्यो भावें कल दे जमाने दा होवे भावें अज दे जमाने दा प्यो प्यो ही हुंदा है हाँ भाई मुबारकां फादर्स डे दियां तैनू भी प्यो दिहाड़े दियां